जिथे पंजाब हरियाणा अड़ गया ते समझ ला तेरा काम हो गया। हुण इहनू इदां लगदा वी जिदां वेखो वी हुण चाह वाला बंदा उहदी इन्नी आकड़ हुंदी इन्ना हंकार हुंदा। आपां वी शहरां च जांदे हां ना, जाके सिद्धा कहिंदा प्रधान दो कप नाल दो मिठियां है ना। पर उह अगो विचारा इह कहूगा वी नहीं वीर जी मिठियां नहीं हैगियां, मटर मुटरां नाल सार लो। पर इह तुसीं वेख लो वी इहदी आकड़ वेखो, खोखे तों चुक के प्रधानमंत्री बणाता ਉਹਨੇ ਸਾਰਾ ਦੇਸ਼ ਹੀ ਐਂ ਲਾਇਆ ਵੀ ਜਿੱਦਾਂ ਸਰੀਆ ਡਾ ਲਿਆ ਧੌਣ ਚ। ਜਿਹੜਾ ਤੇਰੀ ਧੌਣ ਦੇ ਵਿੱਚ ਸੜੀਆ ਵਾ ਉਹ ਸਾਰੇ ਪੰਜਾਬੀਆਂ ਲਈ ਇੱਕ ਮੋਮਬੱਤੀ ਵਾਲਾ ਧਾਗਾ ਵਾ। ਤੇ ਇਹ ਜਿਹੜੇ ਪੰਗੇ ਲੈ ਲਏ ਆ, ਜਿਵੇਂ ਹੁਣ ਸਾਡੇ ਉੱਥੇ ਬਜ਼ੁਰਗ ਜਾਂ ਸਾਰੇ ਉੱਥੇ ਕਹਿੰਦੇ ਨਾ ਵੀ 6 ਮਹੀਨੇ ਲਈ ਅਸੀਂ ਗਏ ਆ, ਉਹ 6 ਮਹੀਨੇ ਨਹੀਂ ਗਏ, ਉਹ ਝੂਠ ਬੋਲਦੇ ਆ। ਕਿਉਂਕਿ ਪੰਜਾਬੀ ਜਦੋਂ ਕਹਿੰਦਾ ਨਾ ਮੈਂ 10 ਮਿੰਟ 'ਚ ਆਇਆ, ਉਹ ਸਾਰੀ ਦਿਹਾੜੀ ਨਹੀਂ ਆਉਂਦਾ। ਇਹ 6 ਮਹੀਨੇ ਵਾਲਾ ਰਾਸ਼ਨ ਨਾ ਛੱਡੋ ਤੁਸੀਂ। ਇਹ ਹੋ ਸਕਦਾ ਜਿਹੜੀ ਅਗਲੀ ਜਿਹੜੀ ਆਉਣ ਵਾਲਾ ਟਾਈਮ ਜਿੰਨੀ ਸਰਕਾਰ ਇਹਦੀ ਰਹਿੰਦੀ ਆ ਨਾ, ਇਹਦੀ ਮੀਟਿੰਗਾਂ 'ਚ ਲੱਗ ਜਾਣੀ। ਇਹ ਨਹੀਂ ਜਾਣੇ ਆਉਣ ਵਾਲੇ ਵੇਖਿਓ ਦਿਨਾਂ 'ਚ ਆਪਣੇ ਜਿਹੜੇ ਬਜ਼ੁਰਗ ਆ ਨਾ ਉੱਥੇ ਬੈਠੇ, ਉਹਨਾਂ ਨੇ ਵੇਖਿਓ ਨਾਲ ਨਾਲ ਜਿੱਦਾਂ ਟਰਾਲੀਆਂ ਦੇ ਕਿਆਰੀਆਂ ਗੋੜ ਕੇ ਧਣੀਆਂ ਧੁਣੀਆਂ ਲਾ ਲੈਣਾ, ਮਿਰਚਾਂ ਲਾ ਲੈਣੀਆਂ ਵੀ ਆਪਾਂ ਵਿਹਲਿਆਂ ਨੇ, ਤੇ ਕਿਉਂਕਿ ਉਹ ਕੰਮਕਾਰ ਗਿੱਜੇ ਆ, ਬਜ਼ੁਰਗ ਵਿਹਲੇ ਨਹੀਂ ਰਹਿ ਸਕਦੇ। ਉਹਨਾਂ ਕੰਮਕਾਰ ਨਾਲ ਨਾਲ ਲਾ ਕੇ ਵੀ ਸਾਡੇ ਵੀ ਗੋਡੇ ਗਾਡੇ ਚੱਲਦੇ ਰਹਿਣਗੇ, ਨਾਲੇ ਤਾਜ਼ਾ ਤਾਜ਼ਾ ਤੜਕੇ 'ਚ ਪਾਇਆ ਕਰਾਂਗੇ ਮਜ਼ੇ ਨਾਲ। ਉਹਨੂੰ ਇਹ ਨਹੀਂ ਪਤਾ ਵੀ ਇਹ ਜੰਗਲਾਂ 'ਚ ਰਹਿ ਕੇ ਪੱਤੇ ਖਾ ਕੇ ਘੋੜਿਆਂ ਦੀਆਂ ਕਾਠੀਆਂ 'ਤੇ ਬਹਿ ਕੇ ਮੁਕਾਬਲੇ ਕਰਨ ਵਾਲੀ ਕੌਮ ਆ। ਇੱਥੇ ਤਾਂ ਫਿਰ ਬਦਾਮ ਮਿਲੀ ਜਾਂਦੇ ਸਵੇਰੇ ਸਵੇਰ, ਅਤੇ ਇਹਨਾਂ ਨੇ 2-3 ਮਹੀਨੇ ਵੈਸੇ ਨਹੀਂ ਜਾਣਾ, ਜਿੱਦਾਂ ਆਪਣੇ ਪਿੰਡਾਂ ਸੱਪ ਮਰੇ ਦੇ ਲਾਗੇ ਬੈਠੇ ਰਹਿੰਦੇ ਨਾ, ਵੇਖਿਓ ਕਿਤੇ ਸਹਿਗਦਾ ਤਾਂ ਨਹੀਂ। ਅਤੇ ਇਹਨਾਂ ਉਹਨਾਂ ਚਿਰ ਨਹੀਂ ਜਾਣਾ ਵੀ ਜਿੰਨਾ ਚਿਰ ਇਹਨਾਂ ਨੇ ਵੇਖੋ 10-20 ਟਰਾਲੀਆਂ ਉੱਥੇ ਰਹਿਣ ਦੇਣੀਆਂ, ਵੀ ਵੇਖਿਓ ਕਿਤੇ ਬਾਅਦ 'ਚ ਕੁਛਕਦਾ ਤਾਂ ਨਹੀਂ। ਅਤੇ ਇਹ ਜਿਹੜਾ ਨਾ ਕੰਮ, ਚਲੋ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ, ਫਿਰ ਕਿਤੇ ਆਪਾਂ ਪੜਾਸ ਕੱਢਾਂਗੇ। ਨਹੀਂ ਨਹੀਂ ਇਹ ਵੀਰੇ ਦੀ ਸਭ ਤੋਂ ਜ਼ਿਆਦਾ ਇੱਥੇ ਲੋੜ ਹੈ, ਬਿਕੋਜ਼ ਬਹੁਤ ਗੁੱਸਾ ਵੀ ਆ ਗਿਆ ਸੀ, ਤੇ ਜੋ ਹੁਣ ਇਹ ਬੋਲ ਰਹੇ ਨੇ ਉਹ ਅਸੀਂ ਜ਼ਿਆਦਾ ਸੁਣਨਾ ਚਾਹਾਂਗੇ। ਤੁਹਾਨੂੰ ਅਸੀਂ 4 ਮਿੰਟ ਐਕਸਟਰਾ ਦਿੱਤੇ।